हाँ जी किसान वीरों स्वागत है तुहाडा अपने यूट्यूब चैनल बाबा डेयरी फार्म दे उत्ते। जी अज दी वीडियो विच आपां तिन वैड़ां सेर लई लैके आए जी, आओ पुछ लैने आं बाई तों डिटेल। हांजी बाई जी, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ, ਹੋਰ ਦੀਪ ਠੀਕ ਹੋ? ਵਧੀਆ। ਹਾਂ ਮੇਰੇ ਬਹੁਤ ਵਧੀਆ। ਵਧੀਆ ਚੱਲਦਾ ਕੰਮ ਕਾਰ? ਬਹੁਤ ਵਧੀਆ, ਕਿਰਪਾ ਬਾਈ ਦਾਦੇ ਜੀ। ਠੀਕ ਹੈ, ਕਿੰਨੀਆਂ ਬੈੜਾਂ ਨੇ ਅੱਜ ਫਿਰ? ਬੈੜਾਂ ਅੱਜ ਬਾਈ ਪੰਜ ਸੀਗੀਆਂ, ਤੇਰੇ ਖੜੇ ਤੋਂ ਸੌਦਾ ਹੋਇਆ, ਇੱਕ ਵੱਛੀ ਉਧਰ ਖੜੀ ਹੈਗੀ, ਉਹਦਾ ਵੀ ਸੌਦਾ ਹੋ। ਇਹ ਦੋਨੇ ਵਹਿ ਗਈਆਂ? ਹਾਂ ਬਾਈ, ਤਿੰਨ ਰਹਿ ਗਈਆਂ। ਤਿੰਨ ਰਹਿ ਗਈਆਂ? ਹਾਂ ਵੀਰੇ। ਠੀਕ ਆ ਬਾਈ, ਤੇ ਨਾਮ ਤੇ ਐਡਰੈਸ ਬੋਲ ਦਿਓ। ਨਾਮ ਮੇਰੇ ਅਰਸ਼ਦੀਪ ਆ, ਉਹ ਪਿੰਡ ਚ ਦੀਪਾ ਪੰਡਤ ਕਹਿੰਦੇ ਆ, ਪਿੰਡ ਬਾਈ ਸਿੱਧੋ ਗਿਆ, ਤਹਿਸੀਲ ਬਾਈ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਵੀਰੇ ਮੋਗਾ। ਠੀਕ ਹੈ, ਨੇੜੇ ਪਿੰਡ ਸਾਈਂ ਦੋ ਨੇੜੇ ਵੀਰੇ ਭਾਗੀ ਵਾਲੀ ਸੜਕ ਤੇ ਆਪਣਾ ਘਰ ਆ, ਨੇੜੇ ਭਾਗੀ ਗਿਆ ਰਹਿ ਗਏ, ਇਧਰ ਵਧੇ ਰਹਿ ਗਿਆ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ ਬਾਈ 8476717674। ਠੀਕ ਹੈ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈੜ ਦੇ ਰਿਹਾ, ਕਿਹੜਾ ਸੂਆ ਸੁਣਦੀ ਆ? ਡਾਕਟਰ ਵੀਰੇ ਦੂਜਾ ਸੂਆ ਸੁਣਦੀ ਆ, ਦੋ ਚਾਰ ਦਿਨ ਲਊਗੀ ਬੈੜੀ। ਠੀਕ ਹੈ ਬਾਈ। ਪਲੂਣ ਦਾ ਦਿੱਤਾ ਹੋਇਆ 18-19 ਕਿਲੋ ਦੁੱਧ। ਅੱਛਾ, ਆਰਡਰ ਦੇਖੋ। ਆਰਡਰ ਤਾਂ ਮੈਂ ਕਹਣਾ ਟੈਨਸ਼ਨ ਹੀ ਨਾ ਲਵੇ ਬੰਦਾ। ਸਹੀ ਗੱਲ, ਆਹ ਚੀਜ਼ਾਂ ਕੱਢ ਕੇ ਸੂਗੀ, ਥਣ ਲੈਵੇ ਦੀ ਬਹੁਤ ਸਾਫ ਆ, ਜਿੰਨੀ ਵੀ ਕਹਦੇ ਚਾਰੇ ਥਣ। ਮੈਂ ਕਹਣਾ ਓਕੇ ਆ, ਕੋਈ ਦੱਬਣ ਥੱਲੇ ਬੈਠ ਬੈਠਣ ਨਹੀਂ ਬਾਈ। ਪਛਾਹ ਤੋਂ ਕੈਮਰਾ ਵੱਜ ਰਿਹਾਗਾ ਤੇ ਮੂਰਲੇ ਥਣ ਟਕੇ ਗਏ ਹਨਾ, ਇੱਕੋ ਜਿਹੇ ਤੇ ਪੂਰੀ ਵਿੱਥੀ ਦੇ ਆਏ, ਗੁਲਾਬੀ ਥਣ ਆ, ਕੱਲਾ ਕੱਲਾ ਲੈ। ਓਕੇ ਆ ਬਾਈ, ਬਹੁਤ ਸੋਹਣਾ ਲੇਵਾ ਕਰਨਾ। ਸਹੀ ਗੱਲ, ਸੁਥਰੀ ਆ, ਪਲੀ ਜੁੜੀ ਚੰਗੀ ਆ। ਠੀਕ ਆ, ਮੂੰਹ ਮੱਥੇ ਦੀ ਕੈਮ ਆ, ਐ ਬਹਿ ਜਾ ਜਿੰਨੀਆਂ ਲੱਤਾਂ ਚੌੜੀਆਂ ਕਰੀਆਂ ਬਾਈ, ਜਿੱਦਣ ਸੂਫੀ ਇੰਨੀਆਂ ਲੱਤਾਂ ਚੌੜੀਆਂ ਕਰਕੇ ਸੂ। ਸਹੀ ਗੱਲ, ਜਿੰਨੀ ਗੱਲ ਕਹੂੰਗਾ ਨਿਕਲਣੀ ਬਾਈ ਉਨੀ ਆ। ਠੀਕ ਆ, ਦੁੱਧ ਦਾ ਸੇਵਾ ਦਾ ਆਪਣੀਆਂ ਦਾ ਭਰਾਵਾ ਲਈਆਂ ਹੁੰਦੇ। ਸਹੀ ਗੱਲ ਆ, ਠੀਕ ਆ ਨਾ ਗੱਲ, ਆਪਣੇ ਕੋਈ ਘਰ ਦੀ ਹੈ ਬੈਡ, ਚੰਗਾ ਫੇਸ ਬਿਊਟੀ ਕਮਾਲ ਦੀ ਆ, ਬੋਦੀ ਬਾਦੀ ਚੰਗੀ ਆ, ਚੰਗੀ ਆ ਬੈਡ, ਲੇਵਾ ਬਾਈ ਕਮਾਲ ਦਾ, ਥਣ ਉਦੋ ਵੀ ਕਮਾਲ ਦਾ ਲੱਗਿਆ, ਗੁਲਾਬੀ ਥਣ, ਕੱਲਾ ਕੱਲਾ ਥਣ, ਚਾਰੇ ਥਣ ਨਿਕਲਣੇ ਪੂਰੇ ਗਏ ਨਾ, ਜਿਵੇਂ ਮਰਜੀ ਵਿਚਾਰੀ ਨੂੰ ਆ ਤੁੱਤ ਮਾਰੀ ਆ, ਕੋਈ ਡਿੱਕਾ ਹੀ ਨਹੀਂ ਯਾਰ, ਬੜਾ ਕਹਿੰਦੀ ਕੁਛ ਨਹੀਂ। ਲੈ ਰੱਸਾ ਬਾਈ ਛੱਡਤਾ ਤੌਣ ਤੇ ਬਾਈ ਨੇ, ਬਾਈ ਕਹਿੰਦਾ ਲੈ ਮਾਓ ਇਹਨਾਂ ਬੈਠਾ ਚਾਹੀ, ਕਹਿੰਦਾ ਜਵਾਕ ਖੋਲੀ ਫਿਰਨ ਨੂੰ ਕੋਈ ਚੱਕਰ ਨਹੀਂ, ਕੋਈ ਆਪਾਂ ਕਿਹੜਾ ਵਿਚਾਰੀ ਨੂੰ ਸਿਖਾਇਆ ਕੁਛ ਯਾਰ। ਸਹੀ ਗੱਲ, ਠੀਕ ਆ ਨਾ ਗੱਲ, ਜਿਵੇਂ ਆਉਂਦੀਆਂ ਭਾਗਾਂ ਨੂੰ ਉਵੇਂ ਦੱਸ ਕੇ ਦੇ ਦਿੰਦਾ। ਸਹੀ ਗੱਲ, ਕੀ ਮੁੱਲ ਆ ਬਾਈ ਇਹਦਾ? ਮੁੱਲ ਦਾ ਡਾਕਟਰ ਆਪਾਂ ਜਮਾ ਜਾਇਜ਼ ਕਰਨੇ ਵੇਚਣ ਜੇ ਵਾਲੇ। ਠੀਕ ਆ, ਆ ਹੁਣ ਵੀ ਤੇਰੇ ਸਾਹਮਣੇ ਸੌਦਾ ਹੋਇਆ, ਜਿਵੇਂ ਕਹੀਏ ਚ ਬਸ ਸ਼ੋਰ ਛੱਪਾ ਹੀ ਹੋਇਆ ਯਾਰ। ਸਹੀ ਗੱਲ ਆ, ਠੀਕ ਆ ਨਾ ਗੱਲ, ਕਿਉਂਕਿ ਬਾਈ ਅੱਜ ਕੱਲ ਬਾਹਲਾ ਕੱਢਣ ਪਾਉਣ ਨੂੰ ਕੁਛ ਹੈ ਨਹੀਂ ਗਾ। ਠੀਕ ਆ ਨਾ, ਮੋਲ ਡਾਕਟਰ 60 ਕਰਾਲਾ 62 ਕਰਾਲਾ, ਠੀਕ ਆ, 55,000 ਤੇ 1000 ਛੋੜ ਹੋਊਗੀ ਜਮਾ ਜਾਇਜ਼ ਆ ਨਾ ਰੇਟ, ਜਮਾ ਬਸ ਇਹ ਹੀ ਲਾਉਣਾਗਾ, ਵੇਚਣ ਵਾਲੇ ਪਾਸੇ ਹੋਣਾ, ਮੋਲ ਕਰਾਉਣ ਵਾਲੇ ਪਾਸੇ ਨਹੀਂ। ਮੋਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾਲਾ, 55,000 ਚੋਂ ਛੋੜ, 1000 ਛੋੜ ਹੋਣੀ ਆ ਬਾਈ, ਬੜੀ ਲੰਮੀ ਚੌੜੀ ਗੇਮ ਨਹੀਂ ਹੋਣੀ, ਜੇ ਅਗਲਾ ਕਹੂਗਾ ਬੜਾ ਵੱਡਾ ਉਹ ਜੱਬ ਨੂੰ ਬੰਦਾ ਫੋਨ ਹੀ ਨਾ ਲਾਵੇ। ਸਹੀ ਗੱਲ ਬਾਈ, 2 ਨੰਬਰ ਬਾਈ ਬੈਡ ਕਿਹੜਾ ਸੂਆ ਸੁਣਦੀ ਹੈ ਬਾਈ? ਇਹ ਦੂਜਾ ਸੂਆ, ਇੱਕ ਫਾਰਮਲੀਆਂ ਬੈੜਾ ਦੂਜੇ। ਠੀਕ ਆ ਬਾਈ, ਆ ਬੈੜ ਦੇ ਅਜੇ ਦਿਨ ਪਏ ਆ ਬਾਈ 12 ਤੇ, ਉਹ ਤਾਂ ਕੋਈ ਨਹੀਂ ਛੱਡਦਾ, ਇਹਦਾ ਦੱਸ ਬਾਈ ਪਹਿਲਾਂ। ਠੀਕ ਆ, ਦੂਜਾ ਸੂਆ ਬਾਈ, ਦੂਜਾ ਸੂਆ ਹੀ ਇਹ ਆ ਬਾਈ, ਦੁੱਧ ਦਿੱਤਾ ਵਾ 22-23 ਕਿਲੋ ਬੈੜ ਦਾ। ਲੈ ਬਾਈ ਢਿੱਲਾ ਦਿਖਾ, ਮੈਂ ਆਪਣਾ ਅਜੇ ਤਾਂ ਕੁਛ ਵੀ ਨਹੀਂ ਬਾਈ, ਢਿੱਲਾ ਦਿਖਾ, ਅਜੇ ਤਾਂ ਚਰਖਾ ਡਾਇਆ ਹੀ ਆ, ਜਦੋਂ ਕੱਤਣ ਲੱਗ ਗਈ ਉਦੋਂ ਪਤਾ ਲੱਗ ਜਾਣਾ। ਸਹੀ ਗੱਲ ਆ, ਥਣ ਦੇਖੋ ਬਾਈ ਕਮਾਲ ਦਾ ਥਣ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਬਹੁਤ ਸੋਹਣਾ ਥਣ, ਤੇ ਜਿਹੜਾ ਮੰਨ ਕੇ ਚੱਲੇ ਨੇ ਪਸਮਾ ਕਰਕੇ ਥਣ ਬਾਈ, ਹੋਰ ਸਾਰਾ ਕੁਝ ਕੱਢੂਗੀ ਬਾਈ, ਹਜੇ ਤਾਂ ਰਾਤੀ ਆਈਆਂ ਦੋਨੇ ਬੈੜਾ, ਠੀਕ ਆ, ਕਰਦਗੇ ਲੈ ਜਾਵਾਂ, ਇੱਕ ਫਾਰਮ ਚੋਂ ਲੈ ਜਾਵਾਂਗਾ। ਠੀਕ ਆ, ਕੱਦ ਬੈਠਦੀ ਬਲੀ ਜੁੜੀ ਜਾਣ ਜੇ ਹੁਣ ਬਹੁਤ ਬੈੜਦੇ, ਕੱਦ ਬਹੁਤ ਵੱਡਾ ਹਨਾ। ਹਾਂ ਬਾਈ, ਛੋਟੀਆਂ ਚ ਨਹੀਂ ਪੈਂਦੀ ਬਾਈ, ਵੱਡੇ ਕੱਦ ਦੀ ਆ, ਵੱਡੀ ਆ ਬਾਈ, ਕਰਮ ਵਾਲਾ ਬਹੁਤ ਚੰਗਾ, ਫੇਸ ਬਿਊਟੀ ਵੀ ਕਮਾਲ ਦੀ, ਬਹੁਤ ਚੰਗੀ ਵੱਛੀ ਦੀ ਆ, ਹਾਂ ਫੇਸ ਉਸ ਬੜਾ ਚੰਗਾ ਬਾਈ, ਕੁਆਲਿਟੀ ਰੰਗ ਰੱਪਾ ਚਮਕ ਦਮਕ ਬਹੁਤ ਆ, ਚੰਗੇ ਘਰੋਂ ਪਲੀ ਵੀ ਬਾਈ, ਇੱਕ ਫਾਰਮ ਚ ਦੋਨੇ ਛੱਡ ਕੇ ਲੈ ਜਾਵਾਂਗਾ। ਸਹੀ ਗੱਲ ਆ ਬਾਈ, ਠੀਕ ਆ, ਰੱਸਾ ਆਪਾਂ ਹੀ ਆ ਕੇ ਪਾਇਆ ਭਾਗਾਂਗਾ ਨੇ। ਠੀਕ ਆ ਬਾਈ, ਤੂਰਾ ਤਾਰਾ ਬਹੁਤ ਚੰਗਾ, ਕੱਚੀ ਕੱਚੀ ਆ, ਬਣੂ ਬਹੁਤ ਹਣਾ ਬਾਈ, ਮੇਰੇ ਦਿਨ ਪਿਆ ਜੇ ਹਫਤਾ ਲੈ ਜੂਗੀ ਬਾਈ। ਠੀਕ ਆ ਬਾਈ, ਦਿਨ ਇਹਦੇ 22-23 ਤਰੀਕ ਦੇ ਤਰੀਕ ਨੂੰ ਢਿੱਲਾ ਢਿੱਲਾ ਦਿਖਾ ਬਾਈ, ਢਿੱਲਾ ਬਹੁਤ ਬਾਈ, ਲੈ ਬਾਈ ਕੋਈ ਚੱਕਰ ਹੀ ਨਹੀਂ, ਪਰਮਾਤਮਾ ਇਹਨੂੰ ਉਮਰ ਲਾਵੇ, ਜਿੱਦਣ ਜੇ ਤਿਆਰ ਹੋਗੀ ਬੇ ਬੈਗੀ ਦਾ ਕਹਿਣਾ ਕੀ ਹੈ, ਜਿੱਦਣ ਤਿਆਰ ਹੋਗੀ ਬਾਈ 24-25 ਡੱਬੇ ਖੁੱਲੇ ਹੀ ਮਰਾ ਕੇ ਦੇ ਦਾਂਗੇ। ਸਹੀ ਗੱਲ ਆ ਬਾਈ, ਠੀਕ ਆ, ਜਿਹੜੀ ਗੱਲ ਆਪਾਂ ਕਵਾਂਗੇ ਬੰਦਾ ਰਿਕਾਰਡ ਕਰ ਲਿਓ, ਗੱਲ ਦੇ ਆਪਾਂ ਦੇਣਦਾਰ ਹੋਵਾਂਗੇ ਬਾਈ। ਕੀ ਮੁੱਲ ਆ ਇਹਦਾ ਫਿਰ? ਮੁੱਲ ਡਾਕਟਰ ਇਹਦਾ ਜਿਹੜਾ ਮਰਜ਼ੀ ਕਰਾਲਾ ਯਾਰ, 73,000 ਦੀ ਵੜ ਦੇਊਂਗਾ ਬਾਈ। ਮਾਨ ਤਾਂ ਬਾਈ, ਮਾਨ ਤਾਂ ਨਹੀਂ ਹੋਣਾ ਬਾਲਾ, ਐਵੇਂ 75 ਮੰਗ ਲਾ, 80 ਮੰਗ ਲਾ, 2 ਘੱਟ 80 ਮੰਗ ਲਾ, ਉਹ ਚੀਜ਼ ਦਾ ਫਾਇਦਾ ਕੋਈ ਨਹੀਂ। 70 ਤੇ 3 73,000, 73 73 ਜੋ ਬਸ ਮਾੜਾ ਮੋਟਾ ਮਾਨ ਤਾਂ ਨਹੀਂ, 73,000 ਚੋਂ ਬਾਈ ਕਹਿੰਦਾ ਮਾੜਾ ਮੋਟਾ ਹੀ ਮਾਨ ਤਾਂ ਕਰੂੰ, ਕਿਉਂ ਬੈੜ ਚੰਗੀ ਬਹੁਤ ਆ, ਲੇਵਾ ਬਾਈ, ਅੱਜ ਕੱਚੀ ਦਾ ਮੁੱਲ ਆ, ਜਦੋਂ ਤਿਆਰ ਹੋਗੀ ਬਾਈ ਉਦੋਂ, ਇਹ ਵੀ ਗੱਲ ਆ, ਬੰਦਾ ਜਿਹੜਾ ਲਊਗਾ ਆਪਾਂ ਤੋਂ 5,000 ਰੁਪਏ 5,000 ਨਫਾ ਲੈ ਲਿਆ, ਆਪਾਂ ਫਿਰ ਵੀ ਉਹਨੂੰ ਦੇਵਾਂਗੇ। ਠੀਕ ਆ ਬਾਈ, ਠੀਕ ਆ, ਜਿਹੜੀ ਗੱਲ ਕਹਿਦੀ ਨਿਕਲੂਗੀ ਵੀਰੇ। ਠੀਕ ਆ, ਜੇ ਕੋਈ ਜੋੜਾ ਲੈਂਦਾ ਯਾਰ ਕਿਰਾਇਆ ਆਪਾਂ ਦੇ ਦਾਂਗੇ, ਇਹਨਾਂ ਦੋਨਾਂ ਦਾ ਜੋੜਾ ਲੈਂਦਾ ਉਹਦਾ ਲੈਂਦਾ। ਬਹੁਤ ਠੀਕ ਆ ਬਾਈ, ਆਫਰਾਂ ਬਾਈ ਖੁੱਲੀਆਂ ਹੀ ਦੇ ਰਿਹਾ ਅੱਜ, ਕਹਿੰਦਾ ਕੋਈ ਚੱਕਰ ਹੀ ਨਹੀਂ ਬਾਈ। ਤੇ ਅੱਗੇ ਬਾਈ 3 ਨੰਬਰ ਕਿਹੜਾ ਸੋਸ ਹੁੰਦੀ ਆ? ਡਾਕਟਰ ਇੱਕ ਹੀ ਘਰੋਂ ਆਈਆਂ, ਇੱਕ ਹੀ ਫਾਰਮ ਲਗਾ ਦੋਨੇ, ਠੀਕ ਆ, ਠੀਕ ਆ, ਦੁੱਧ ਇਹਦਾ 22-23 ਕਿਲੋ ਦਿੱਤਾ। ਠੀਕ ਆ,
ਠੀਕ ਹੈ ਨਾ ਗੱਲ ਕੱਦ ਕੁੱਦ ਬਹੁਤ ਆ ਜਾਨ ਜਾਨ ਜੱਪਾ ਬਹੁਤ ਆ ਰਾਜੀ ਰੂਜੀ ਬਹੁਤ ਆ ਹਨਾ ਰਾਜੀ ਬਹੁਤ ਆ ਰੰਗ ਰੂਪ ਬਹੁਤ ਚੰਗਾ ਫੇਸ ਬਿਊਟੀ ਵੀ ਬਾਈ ਕਮਾਲ ਜੈਨ ਬਾਈ ਹਜੇ ਬਾਕੀ ਪਏ ਆ ਬਾਬਾ ਕੱਚੀ ਕੱਚੀ ਆ ਸੌਦਾ ਹੋਣ ਕਾਰਨ ਅਸੀਂ ਜੋੜੇ ਦਾ ਸੌਦਾ ਕਰਿਆ ਸੀ ਠੀਕ ਆ ਜੋੜਾ ਲਿਆ ਸੀ ਜਾਨ ਜਾਂਦ ਬਥੇਰੀ ਆ ਜਾਨ ਜਾਂਦ ਬਹੁਤ ਜਿੱਦਣ ਤਿਆਰ ਹੋਊਗੀ ਬਾਈ 90,000 ਰੁਪਏ ਦੀ ਬੈਠਣੇ ਪੈਣਾ 90,000 ਠੀਕ ਆ ਇਹ ਵੀ ਅੱਜ ਕੱਚੀ ਦਾ ਮੁੱਲ ਕਰੂੰਗਾ ਜਿੱਦਣ ਤਿਆਰ ਹੋਊਗੀ ਬਾਈ ਉਦਣ ਮੁੱਲ ਹੋਰ ਹੋਊਗਾ ਬਈ ਠੀਕ ਕ੍ਰੋਸ ਬਰੀਡ ਆ ਜਿਵੇਂ ਮੂਹਰੇ ਹੁਣ ਮਹੀਨੇ ਦੋ ਮਹੀਨੇ ਨੂੰ ਗਰਮੀ ਗੁਰਮੀ ਆਉਣ ਲੱਗ ਗਈ ਠੀਕ ਆ ਨਾ ਗੱਲ ਉਵੇਂ ਬਾਈ ਇਹ ਜਿਹਾ ਕੁਛ ਹੀ ਵਿਕਣਾ ਯਾਰ ਸਹੀ ਗੱਲ ਠੀਕ ਆ ਕੋਈ ਦਾਗ ਨੀ ਦੱਪਾ ਨੀ ਕੋਈ ਬਿਮਾਰੀ ਠਮਾਰੀ ਨੀ ਆਪਣੀ ਫੁੱਲ ਸਹੀ ਗੱਲ ਆ ਫਿਰ ਪ੍ਰੋ ਕੇ ਲਈ ਵੀ ਬਾਈ ਉਹਦਾ ਵਾਲ ਵਾਲ ਪ੍ਰੋ ਕੇ ਲੈ ਕੇ ਜਾਵੇ ਠੀਕ ਆ ਬਾਈ ਨਹੀਂ ਗੱਲ ਜਾਇਜ਼ ਆ ਸਹੀ ਗੱਲ ਆ ਬਾਈ ਤੇ ਰਾਜੀ ਬਹੁਤ ਆ ਵੱਡੇ ਕੱਦ ਦੀ ਆ ਲੇਵਾ ਤਾਂ ਕਮਾਲ ਦਾ ਤਿਆਰ ਕਰੂ ਕੱਚੀ ਕੱਚੀ ਜ਼ਰੂਰ ਆ ਬਾਈ ਹਜੇ ਮਾਰਦੀ ਆ ਲੇਵੇ ਵਾਲੇ ਪਾਸੇ ਦਾ ਠੀਕ ਆ ਨਾ ਗੱਲ ਬਾਈ ਜਿੱਦਣ ਤਿਆਰ ਹੋਊਗੀ ਉਦੋਂ ਆਪਾਂ ਉਹਦਾ ਵੇਖ ਕੇ ਮੁੱਲ ਕਰਾਂਗੇ ਠੀਕ ਆ ਕੋਈ ਤਾਂ ਅੱਜ ਵੈਸੇ ਵੀਡੀਓ ਪਾਉਣ ਦਾ ਮੂਡ ਹੈ ਨਹੀਂ ਸੀ ਕੋਈ ਗਾਈਆਂ ਚਾਰਾਂ ਦੀ ਵੀਡੀਓ ਪਾਉਣੀ ਸੀ ਉਹ ਤਾਜ਼ੀ ਤੇਰੇ ਸਾਹਮਣੇ ਸੌਦਾ ਹੋਇਆ ਠੀਕ ਆ ਦੂਜੇ ਪਾਸੇ ਗਾਂ ਖੜੀ ਆ ਉਹਦਾ ਵੀ ਸੌਦਾ ਹੋ ਗਿਆ ਤਾਂ ਕਰਕੇ ਕੱਚੀ ਸੀ ਮੈਂ ਚੱਲ ਬੈਗੀ ਤਾਂ ਵੀ ਠੀਕ ਆ ਜੀ ਅਗਲੇ ਸੈੱਟ ਜਾਊਗਾ ਹਾਂ ਬਾਈ ਸਹੀ ਗੱਲ ਆ ਮੁੱਲ ਜਮਾ ਜਾਇਜ਼ ਆ ਕੇ ਬੈੜਾ ਨੇ ਬਈ ਕੱਚੀਆਂ ਜ਼ਰੂਰ ਸੀ ਤੇ ਭਾਵੀ ਬਾਈ ਨੇ ਘੱਟ ਹੀ ਰੱਖਿਆ ਫਿਰ ਉਸ ਹਿਸਾਬ ਨਾਲ ਨਹੀਂ 5-10 ਦਿਨ ਸਾਂਭ ਕੇ ਬਾਈ ਕਹਿੰਦਾ ਮੁੱਲ ਆਪਾਂ ਹੋਰ ਹੀ ਕਰਦੇ ਆਪਣੇ ਮੋਢੇ ਤੱਕ ਆਉਂਦੀ ਹੈ ਲੈ ਬਾਈ ਕੱਦ ਬੈੱਡ ਚੈੱਕ ਕਰ ਲਓ ਬਾਈ ਦੇ ਮੋਢੇ ਦੇ ਬਰਾਬਰ ਆਉਂਦੀ ਹੈ ਇਹ ਨਹੀਂ ਕੋਈ ਮੁੱਲ ਜਾਇਜ਼ ਆ ਮਾਨਦਾਨ ਵਿੱਚ ਹੋ ਜਾਣਾ ਤੇ ਕਿਸੇ ਵੀਰ ਦੇ ਤਿੰਨਾਂ ਨਗਾਂ ਚੋਂ ਕੋਈ ਵੀ ਨਗ ਪਸੰਦ ਆਵੇ ਬਾਈ ਨੱਕ ਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।